ਮਿੱਤਰਾ ਗੱਡੀ ਤਿਆਰ ਪਰ ਤਿਆਰ ਤੇ ਯਾਰ ਹੁਣੀ ਵੀ ਤਿਆਰ ਪਰ ਤਿਆਰ ਤੇ ਅੱਜ ਤਰੀਕ ਹੈਗੀ 19 ਤੇ ਅਸੀਂ ਨਿਕਲਣ ਲੱਗੇ ਹਾਂ ਅੱਜ ਤੇ ਮਤਲਬ ਬਹੁਤ ਵਧੀਆ ਲੱਗਿਆ ਮੇਰਾ ਦਿਲੇ ਬਹੁਤ ਬੱਬੂ ਲੱਗ ਗਿਆ ਪਤਨੀ ਤੋਪ ਆ ਕੇ ਹਾਂਜੀ ਤੇ ਅੱਜ ਤੁਰਨ ਲੱਗੇ ਹਾਂ ਵਾਪਸ ਗਾਓ ਕੋ ਤੋ ਗਾਓ ਜਾ ਕੇ ਦੇਖਦੇ ਹਾਂ ਕੀ ਬਣਦਾ ਕਿਉਂਕਿ ਬਹੁਤ ਦਿਨ ਹੋ ਗਏ 8-9 ਦਿਨ ਹੋ ਗਏ ਇੱਧਰ ਹੀ ਘੁੰਮਦਿਆਂ ਨੂੰ ਇਹਨਾਂ ਦੀ ਅੱਧੀ ਕੁ ਲੈਂਗੁਏਜ ਮੈਂ ਹਿੰਦੀ ਵਾਲੀ ਸਿੱਖ ਲਈ ਹੈ ਸ਼ਾਇਦ ਮੈਂ ਹਿੰਦੀ ਚ ਵੀ ਵਲੋਗ ਬਣਾਉਣ ਲੱਗ ਪਵਾਂ ਨਾਲ ਨਾਲ ਗੱਡੀ ਸਾਈਡ ਤੇ ਕਰ ਲਓ ਖੇਡਦਾ ਹਿੰਦੀ ਹੁੰਦੀ ਵਾਲਾ ਤਾਂ ਆਪਾਂ ਹੁਣ ਤੋਰਨ ਲੱਗੇ ਹਾਂ ਹੁਣ ਜਾ ਕੇ ਦੇਖਦੇ ਕਿੰਨਾ ਟਾਈਮ ਲੱਗਦਾ ਦੇਖੋ ਆਪਾਂ ਨੂੰ ਲੱਗਣੇ ਹੈਗੇ ਆ ਪੂਰੇ 8 ਘੰਟੇ ਜਾਣ ਨੂੰ 7.5-8 ਘੰਟੇ ਆ ਸੋ 2 ਘੰਟੇ ਦਾ ਮੰਨ ਕੇ ਚੱਲੋ ਵਿੱਚ ਰੁਕ ਵੀ ਜਾਂਦੇ ਆ ਕੋਈ ਕਹਿਣ ਉਹਨਾਂ ਨੂੰ ਭੁੱਖ ਲੱਗ ਜਾਂਦੀ ਰਸਤੇ ਤੁਹਾਨੂੰ ਪਤਾ ਹੀ ਹੈ ਤੇ ਹੁਣ ਜਾਂਦੇ ਜਾਂਦੇ ਕਿਤੇ ਕਰਦੇ ਆ ਕੰਟੀਨਿਊ ਹੁਣ ਇੱਥੋਂ ਨਿਕਲੀਏ ਬਾਏ ਪ੍ਰਧਾਨ ਚੰਗਾ ਫੇ ਆਈਏ ਫੇ ਮਿਲਾਂਗੇ ਜਲਦੀ ਬਾਏ ਮਿੱਟੀ ਬੋੜਨ ਲੱਗ ਗਈ ਓਏ ਚਿੱਟੀ ਟੀ ਜਲ ਖਰਾਬ ਹੋ ਜਾਣੀ ਓਏ ਚਲੋ ਚਲੀਏ ਨੇਰੀ ਆ ਗਈ ਬਾਹਰ ਚਲੋ ਚਲੀਏ ਵਾਹਿਗੁਰੂ ਵਾਹਿਗੁਰੂ ਸਹੀ ਗੱਲ ਨੇਰੀਆਂ ਤਾਂ ਪਿਛਲੀ ਸੀਟ ਤੇ ਬਿਠਾਈਆਂ ਆ ਚੱਲ 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 ਗੱਡੀ ਬਹੁਤ ਗੰਦੀ ਹੋਈ ਬਾਹਰੋਂ ਯਾਰ ਦੇਖਦੀ ਹੌਲੀ ਬਾਬੇ ਹੌਲੀ ਅਜੇ ਗਰਮ ਨੀ ਹੋਈ ਨਾਲ ਤੇਲ ਵਾਲੀ ਗਣੀ ਜਾਣਾ ਚੱਲ 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 ਕਹਿੰਦੇ ਪਤਨੀ ਟੋਪ ਤੋਂ ਪੂਰੇ 60 ਕਿਲੋਮੀਟਰ ਦੂਰ ਆ ਕੇ ਹੁਣ ਰੁਕ ਗਏ ਸੀ ਫੋਟੋ ਫੋਟੋ ਖਿੱਚਣ ਨੂੰ 60 ਮੀਟਰ ਆ ਕੇ ਦੂਰ ਰੁਕ ਗਏ ਆ ਉੱਥੇ ਫੋਟੋ ਖਿੱਚ ਲੈਂਦੇ ਤੁਸੀਂ ਆ ਮੋੜ ਮੁੜ ਕੇ ਇੱਕ ਮੋੜ ਹੋਰ ਆ ਨਾਲੇ ਉੱਥੇ ਪਤਨੀ ਟੋਪ ਸੀਗਾ ਇੱਥੋਂ ਮੋਹਰੇ ਆ ਕੇ ਹੁਣ ਆ ਜੰਗਲ ਜਿਹਾ 'ਚ ਖੜ ਗਏ ਆ ਇੱਥੇ ਰੁਕ ਕੇ ਹੁਣ ਫੋਟੋ ਖਿੱਚਣੀਆਂ ਆ ਕਿਰਨ ਇੱਧਰ ਫੋਟੋਗ੍ਰਾਫਰ ਆ ਇਹ ਫੋਟੋ ਖਿੱਚਦੀ ਆ ਚਲੋ ਬਾਕੀ ਦੇਖਦੇ ਆ ਕੀ ਬਣਦਾ ਮੌਸਮ ਵਧੀਆ ਜੀ ਪਰ ਠੰਡ ਬਹੁਤ ਆ ਇੱਧਰਲੇ ਪਾਸੇ ਨੂੰ ਯਾਰ ਤਾਂ ਟੀ ਸ਼ਰਟਾਂ ਤਾਂ ਪਾਈਆਂ ਮਤਲਬ ਠੰਡ ਲੱਗਦੀ ਆ ਪਤਾ ਲੱਗਦਾ ਵੀ ਠੰਡ ਹੈਗੀ ਆ ਆਪਣੇ ਵੱਲ ਤਾਂ ਰਾਤੀ ਮੈਂ ਫੋਨ ਕੀਤਾ ਮੰਮੀ ਨੂੰ ਦੱਸਦੇ ਕਹਿੰਦੇ ਹੁਣ ਤਾਂ ਇੱਧਰ ਗਰਮੀ ਹੋ ਗਈ ਆ ਚਲੋ ਕੋਈ ਚੱਕਰ ਨਹੀਂ ਹੁਣ ਮੈਨੂੰ ਲੱਗਦਾ ਆਪਣੇ ਪੰਜਾਬੀ ਇੱਧਰ ਸਾਰੇ ਘੁੰਮਣ ਆਊਗੇ ਅਤੇ ਹੁਣ ਅਸੀਂ ਦੁਬਾਰਾ ਚੈਨਾ ਚੁਣਨਾ ਰਿੰਗਾਂ ਰੁੰਗਾਂ ਆਪਣੀਆਂ ਪਾ ਲਈਆਂ ਉਨੇ ਦਿਨ ਆਪਾਂ ਖੋਲ ਕੇ ਰੱਖੀਆਂ ਸੀ ਕਿਉਂਕਿ ਇੱਥੇ ਫਿਰ ਭੱਜ ਦੌੜ ਨੱਠਦੇ ਭੱਜਦੇ ਪਤਾ ਨਹੀਂ ਹੁੰਦਾ ਕੀ ਚੀਜ਼ ਕੋਈ ਨਾ ਕੋਈ ਡਿੱਗ ਜਾਂਦੀ ਹੁੰਦੀ ਆ ਚਲੋ ਅੱਜ ਮਤਲਬ ਫਿਰ ਪੂਰਾ ਪੂਰਾ ਜਿਹਾ ਲੱਗਣ ਲੱਗਾ ਉਦਣ ਦਾ ਅੱਧਾ ਅਧੂਰਾ ਲੱਗਦਾ ਮੈਂ ਆਪ ਮੈਨੂੰ ਨਾ ਆ ਤੇ ਚੈਨ ਇੱਦਾਂ ਹਿਲਾਉਣ ਦੀ ਸੋ ਉਦਣ ਮੈਂ ਬਾਂਹ ਜੀ ਹਿਲਾਈ ਹੈ ਨਾ ਉਹ ਹੈ ਕੁਛ ਵੀ ਨਹੀਂ ਬਾਂਹ ਦੇ ਵਿੱਚ ਚਲੋ ਧੱਕਾ ਦੇਣਾ ਚਲੋ ਹੁਣ ਨਿਕਲੀਏ ਆਪਾਂ ਤੇ ਹੋਪਫੁਲੀ ਗਿਆ ਹੀ ਨਹੀਂ ਹੋਪਫੁਲੀ ਨਿਕਲੀਏ ਟਾਈਮ ਟੂ ਟਾਈਮ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਇੱਥੇ ਦੋ ਦੋ ਵੀਡੀਓ ਬਣ ਗਈਆਂ ਆਪਣੀਆਂ ਆਹ ਕੋਟ ਜੀ ਆ ਜੀ ਤੇਰੇ ਹਿਸਾਬ ਨਾਲ ਤਾਂ ਬਹੁਤ ਕੁਛ ਹੈ ਰਸਤਾ ਇੰਨਾ ਖਰਾਬ ਆ ਵੀ ਮਤਲਬ ਗੱਡੀ ਦਾ ਹਾਲ ਹੋ ਗਿਆ ਅੱਜ ਕੱਲ੍ਹ ਇੱਦਾਂ ਹੋ ਜਾਂਦਾ ਸਾਡੀ ਗੱਡੀ ਦਾ ਹਾਲ ਅਤੇ ਇੱਧਰ ਸਾਨੂੰ ਇੱਕ ਹੋਰ ਖੁਸ਼ਖਬਰੀ ਦੱਸੀ ਹੈ ਜੇ ਕਿਸੇ ਨੇ ਤੇਲ ਪਾਉਣਾ ਹੋਇਆ ਇੱਧਰ ਆ ਜਾਓ 82 ਰੁਪਏ ਲੀਟਰ ਆ ਪਤਨੀ ਤੋਪ 'ਚ ਇਹ ਹੁਣ ਜਦੋਂ ਅਸੀਂ ਉੱਥੇ ਸ਼੍ਰੀਨਗਰ ਪਵਾਏ ਸੀ ਉਹ 84 ਸੀ ਉਹ ਪੰਜਾਬ ਪਵਾਏ ਉਹ 88 ਸੀ ਅਤੇ ਹੁਣ ਇਹ ਕਹਿੰਦੇ ਕੱਲ੍ਹ ਪਰਸੋਂ ਦਾ ਫਿਰ 2 ਰੁਪਈਏ ਘੱਟ ਗਿਆ ਅਤੇ ਹੁਣ ਇੱਕ ਵਾਰੀ ਗੱਡੀ ਇੱਥੇ ਫਿਰ ਫੁੱਲ ਕਰਾਉਣ ਲੱਗੇ ਤੀਜੀ ਵਾਰੀ ਕਰਾਉਣ ਲੱਗੇ ਆਪਾਂ ਨਾ ਹਾਂ ਤੀਜੀ ਵਾਰੀ ਗੱਡੀ ਫੁੱਲ ਕਰਾਉਣ ਲੱਗੇ ਹਾਂ ਅਤੇ ਬਾਕੀ ਤੁਹਾਨੂੰ ਪਤਾ ਹੀ ਆ ਸਾਰੀ ਗੱਲ ਦਾ ਚਲੋ 82 ਰੁਪਏ 48 ਪੈਸੇ ਇੱਥੇ ਅਤੇ ਹਵਾ ਬਹੁਤ ਚੱਲਦੀ ਯਾਰ ਇੱਥੇ ਇੰਨਾ ਕੁ ਜ਼ਿਆਦਾ ਹਵਾ ਚੱਲਦੀ ਨਾ ਕੱਲ੍ਹ ਦੀ ਜਦ ਅਸੀਂ ਆਏ ਹੋ ਰਾਤੀ ਬਹੁਤ ਹਵਾ ਚੱਲਦੀ ਹੁਣ ਵੀ ਬਹੁਤ ਜ਼ਿਆਦਾ ਹਵਾ ਆ ਮਤਲਬ ਇੰਨੀ ਕੁ ਠੰਡ ਆ ਵੀ ਠੰਡ ਸਿੱਧੀ ਅੰਦਰ ਜਾਂਦੀ ਪਤਾ ਲੱਗਦਾ ਚਲੋ ਚਲੋ ਹੋ ਗਿਆ ਫੁੱਲ ਬਸ ਫੁੱਲ ਡੁੱਲੀ ਜਾਣਾ ਬਾਹਰ ਰਹਿਣਗੇ ਪੂਰਾ ਫੁੱਲ ਆ ਆਹ ਦੇਖੋ ਹੁਣ ਕੀ ਕਰਦੇ ਆ ਆਹ ਲੋਕ ਜਿਹਾ ਪਹਿਲੇ ਖੁੱਲ ਜਾਂਦਾ ਸੀ ਹੁਣ ਅਚਾਨਕ ਆਪ ਹੀ ਖੁੱਲ ਗਿਆ ਇੱਕ ਦਿਨ ਅਸੀਂ ਖੋਲਦੇ ਸਾਲਾ ਖੁੱਲਦਾ ਹੀ ਨਹੀਂ ਸੀਗਾ ਇਹ ਅਤੇ ਜਿੱਥੇ ਅਸੀਂ ਉਦੋਂ ਅਸੀਂ ਢਾਬੇ ਤੋਂ ਰੁਕੇ ਜਾਂਦੇ ਟਾਈਮ ਕੁਝ ਖਾਣ ਪੀਣ ਨੂੰ ਉੱਥੇ ਰੁਕੇ ਹਾਂ ਦੁਬਾਰਾ ਫਿਰ ਨਾਲੇ ਮਾੜੀ ਰੈਸਟ ਹੋ ਜੂਗੀ ਮਾੜੀ ਜੀ
ਤੇ ਨਾਲੇ ਆ ਸੈਟਿੰਗ ਜੀ ਕਰ ਲਈ। ਹਜੇ ਸਵੇਰ ਦਾ ਕੁਛ ਖਾਣ ਪੀਣ ਨੂੰ ਰੁਕੇ ਨਹੀਂ। ਮੈਂ ਕਿਹਾ ਚਲੋ ਥੋੜ੍ਹੇ ਅੱਗੇ ਜਾ ਕੇ ਨਾ ਆਪਣੇ ਏਰੀਆ ਵੱਲੋਂ ਉੱਥੇ ਆਏ ਖਾਂਦੇ ਹਾਂ ਪਠਾਨਕੋਟ ਦੇ ਕੋਲ ਜਾ ਕੇ। ਕਿੱਦਾਂ ਲੱਗਾ ਪਤਾ ਕੀ ਬਣਦਾ? ਚਲੋ ਜੀ ਚਲੋ ਬੈਠੋ। ਆ ਪੱਕਾ ਹੀ ਅਸੀਂ ਜਗਾੜ ਲਾ ਤਾ ਹੁਣ ਮੋਟੀ ਇਹਦੇ ਵਿੱਚ ਉਹ ਬਾਸ਼ਲ ਪਾ ਕੇ ਨਾ। ਪਹਿਲਾਂ ਇਹ ਖੁੱਲਦਾ ਨਹੀਂ ਸਕਦਾ, ਘਰੇ ਟਰਾਈ ਕਰ ਦਿਓ ਜੀ ਅੱਜ ਆਪ ਹੀ ਖੁੱਲ੍ਹ ਗਿਆ ਪਤਾ ਨਹੀਂ ਕਿੱਦਾਂ। ਚਲੋ ਹੁਣ ਚਲੀਏ ਤੁਰੀਏ। ਟਾਈਮ ਕਿੰਨਾ ਹੋ ਗਿਆ ਬਈ ਸ਼ਿਰੋ? ਟਾਈਮ ਕਿੰਨਾ ਹੋ ਗਿਆ? 1:00 ਟਾਈਮ। ਚਲੋ ਲਓ ਜੀ ਅਤੇ ਆਪਾਂ ਕਠੂਆ ਪਹੁੰਚ ਗਏ ਹਾਂ ਅਤੇ ਕਠੂਏ ਆ ਕੇ ਆਪਾਂ ਇੱਥੇ ਰੁਕੇ ਹਾਂ ਦਰਬਾਰ ਆ ਫੈਮਿਲੀ ਰੈਸਟੋਰੈਂਟ ਠੀਕ ਆ। ਅਤੇ ਦਰਬਾਰ ਦੇ ਹੁਣ ਮਾੜਾ ਮੋਟਾ ਖਾ ਪੀ ਕੇ ਉਹਨੂੰ ਸਵੇਰ ਦਾ ਕੁਛ ਨਹੀਂ ਖਾਧਾ, ਟਾਈਮ 2:30 ਆ ਅਤੇ ਹੁਣ ਹਲਕਾ ਜਿਹਾ ਕੁਛ ਖਾ ਲਈਏ ਕਿਉਂਕਿ ਉਧਰੋਂ ਨਿਕਲ ਗਏ ਸਾਰੇ ਪਹਾੜ ਪੂੜ। ਹੁਣ ਮੂਹਰੇ ਪਠਾਨਕੋਟ ਆਉਣਾ, ਪਠਾਨਕੋਟ ਤੋਂ ਮੂਹਰੇ ਜਲੰਧਰ, ਜਲੰਧਰ ਤੋਂ ਬਾਅਦ ਆਪਣਾ ਨਵਾਂ ਸ਼ਹਿਰ। ਇੱਥੋਂ ਹਜੇ ਲੱਗਦੇ 3:30 ਘੰਟੇ ਅਤੇ ਬਾਉਣ ਇੱਥੇ ਖਾ ਪੀ ਕੇ ਫਿਰ ਆਪਾਂ ਕਿਹਦੇ ਨੂੰ ਰੁਕਣਾ ਅਤੇ ਚੱਲੀਏ। ਅੱਜ ਪਹਿਲੀ ਵਾਰੀ ਹੋਇਆ ਅਸੀਂ ਕਿਤੇ ਰੋਕੇ ਨਹੀਂ ਇੰਨਾ ਟਾਈਮ, ਸਿੱਧਾ ਹੀ ਆ ਗਏ। ਚਲੋ ਖਾਣਾ ਪਾਣੀ ਹੋ ਗਿਆ, 3:19 ਹੋ ਗਏ ਅਤੇ ਹੁਣ ਅਸੀਂ ਤੁਰਨ ਲੱਗੇ ਹਾਂ ਟਰੈਵਲ ਚੇਂਜ। ਹੁਣ ਅਸੀਂ ਚੱਲੇ ਹਾਂ ਵਾਪਸ ਪੂਨਮ ਛੱਡ ਕੇ। ਚਲੋ ਹਾਂਜੀ ਲਓ ਜੀ ਟਾਈਮ 7:15 ਹੋ ਗਏ ਅਤੇ ਹੁਣ ਘਰ ਪਹੁੰਚ ਗਏ ਹਾਂ। ਬੱਬੂ ਹੁਣਾਂ ਨੂੰ ਵੀ ਛੱਡ ਆਏ ਹਾਂ ਅਤੇ ਕਪਤਾਨ ਨੂੰ ਹੁਣੇ ਬੰਨਿਆ ਚੰਦਨ ਵਾਣ ਨੂੰ, ਉਹ ਵੀ ਸਕੂਟਰੀ ਬਾਹਰ ਖੜੀ ਸੀ। ਹਾਂ ਵੀ ਕਪਤਾਨ ਕਿੱਦਾਂ ਗੁੱਸੇ ਹੋ ਗਿਆ? ਲੈ ਛੱਡ ਦੇਈਏ ਤੈਨੂੰ, ਆ ਜਾ ਹੋਰ ਕਹਿੰਦਾ ਬਾਹਰ ਨੂੰ ਚੱਲੀਏ। ਚਲੋ ਇਹਨੂੰ ਗੁੱਸਾ ਵੀ ਹੋਣਾ ਥੋੜ੍ਹਾ ਟਾਈਮ, ਦਿਖਾਉਣਾ ਵੀ ਆਪਣਾ ਇਹਦੇ ਵੀ ਹਾਂ ਮੈਂ ਗੁੱਸੇ ਹਾਂ ਤੁਹਾਡੇ ਨਾਲ। ਚਲੋ ਅਤੇ ਸਮਾਨ ਰੋਕ ਕੇ ਲਾਉਣੇ ਕਹਿੰਦਾ, ਆ ਜਾ ਸਮਾਨ ਰੋਕ ਕੇ ਲਾਉਣੀ ਹਜੇ ਟੱਚ ਟੁੱਚੀ ਆ ਜਿਹੜਾ। ਅਰੇ ਹੁਣ ਸਾਰੇ ਟੈਟੂ ਚੈੱਕ ਕਰੂਗਾ ਵੀ ਕਿੱਥੋਂ ਕਿੱਥੋਂ ਘੁੰਮ ਕੇ ਆਈ ਹੈ ਗੱਡੀ ਗੰਦੇ ਆ। ਓਏ ਇਹ ਅੱਜ ਘੁੰਮਿਆ ਨਹੀਂ ਹੈਗਾ ਸਵੇਰ ਦਾ, ਮੈਨੂੰ ਲੱਗਦਾ ਕੱਲ੍ਹ ਆਪ ਦਾ ਹੱਥ। ਪਹਿਲਾਂ ਮੁੰਡਾ ਘੁਮਾਈ ਗਿਆ ਕੱਲ੍ਹ, ਮੈਂ ਬੁਖਾਰ ਚੜ੍ਹ ਗਿਆ ਅਤੇ ਉਹਦੇ ਕਰਕੇ ਉਹਨੇ ਘੁਮਾਇਆ ਨਹੀਂ ਗਾ। ਹੁਣ ਹੁਣ ਮੈਂ ਲੈ ਕੇ ਜਾਣਾ ਰੱਸੀ ਸਿੱਟੀ ਹੋਏ ਲਿਆ ਕੇ ਰਸਤੇ ਦੇ ਵਿੱਚ। ਬਸ ਚਲੋ ਚਲੋ ਚਲੀਏ ਖੋਲ ਕੁੰਡਾ ਖੋਲ ਦੇ, ਕੋਈ ਨਹੀਂ ਜਾਣਾ ਹੀ ਅੰਦਰ ਦੇਣੇ ਇੱਕ ਵਾਰੀ। ਹੁਣ ਦੇਖੀ ਕਿੱਦਾਂ ਕੀ ਹਾਲ ਆ, ਕਿੱਦਾਂ ਵਧੀਆ ਕੀ ਬਣਦਾ? ਪਹਿਲਾਂ ਵੀ ਦੇਖਦਾ ਚਲਾ ਜਾ ਓਏ, ਆ ਜਾ ਬਾਹਰ ਕੱਢਾਂ ਮੈਨੂੰ ਭੇੜ ਜੀ। ਹਾਂ ਕਿੱਦਾਂ ਟਿਕਿਆ ਰਿਹਾ ਇਤਨੀ ਇਹ ਘੁਮਾਈ ਆ, ਸਵੇਰੇ ਵੀ ਘੁਮਾ ਕੇ ਲੈ ਗਿਆ ਘੁੰਮਣ ਦੇ ਨਾਲ ਹੁੰਦੇ ਕਿਤੇ ਤੁਹਾਡਾ ਬਾਹਰ ਨੂੰ ਲਾਲ ਹੋ ਗਿਆ
ਸਾਰਾ ਕੱਢ ਗਿਆ ਇਹ ਜਾਣ ਕੇ ਮਾਰਿਆ ਇਹਨੇ ਗੁੱਡਾ ਸਾਡਾ ਅੱਖਾਂ ਕਿਹਦਾ ਲਾਲ ਕੀਤੀਆਂ ਸਾਰਿਆਂ ਨੇ ਨਾ ਹਾਂ ਮਿਸ ਕੀਤਾ ਕਹਿੰਦਾ ਹੁਣ ਤੈਨੂੰ ਤੇਰੇ ਨਾਲ ਥੋੜਾ ਧਿਆਨ ਤੇਰੇ ਪਟੇ ਜੇ ਧਿਆਨ ਆ ਆ ਦੇ ਬੱਜੀ ਚਪੇੜ ਆ ਆ ਸਵਾਦ ਆ ਗਿਆ ਕਹਿੰਦੇ ਕਰਨ ਦੇ ਚਪੇੜ ਬੱਜੀ ਕਪਤਾਨ ਤੂੰ ਕਿੰਨਾ ਭਾਰਾ ਆ ਤੂੰ ਫੇਰ ਵੀ ਨਹੀਂ ਹਟਦਾ ਪੰਗੇ ਲੈਣੋ ਉਹ ਰੱਸੀ ਰੱਸੀ ਦੇ ਇਹਨੇ ਫੜਾ ਹੀ ਨਾ ਰੱਸੀ ਸੱਟ ਵੀ ਨਾ ਲੈ ਲਿਆ ਇੰਨੀ ਉੱਚੀ ਨਾ ਚੱਕ ਇਹਨੇ ਪਿੱਛੇ ਡੈਪਣਾ ਛਾਲ ਮਾਰ ਕੇ ਇਹਨੂੰ ਵੀ ਬਹੁਤ ਮਿਸ ਕਰੀਦਾ ਜਦੋਂ ਅਸੀਂ ਚੱਲੇ ਵੀ ਜਾਂਦੇ ਨਾ ਅਸੀਂ ਜਾ ਕੇ ਇਹਨੂੰ ਬਹੁਤ ਮਿਸ ਕਰੀਦਾ ਇਹ ਬੁੱਗਾ ਬੁੱਗਾ ਇਹ ਜਿਹਨੇ ਤਾਂ ਹੋਰ ਕੁੱਤੇ ਦੇਖੀ ਦੇ ਬਾਹਰ ਰਸਤੇ ਦੇ ਵਿੱਚ ਜਾਂ ਕਿਤੇ ਇਸ ਵਾਰ ਤੁਹਾਨੂੰ ਇੱਕ ਹੋਰ ਗੱਲ ਦੱਸੀ ਸੱਚੋ ਕਸ਼ਮੀਰ 'ਚ ਇੰਨੇ ਕੁ ਜ਼ਿਆਦਾ ਕੁੱਤੇ ਸੀ ਨਾ ਗੱਲੇ ਛੱਡ ਦਿਓ ਜਿੱਥੇ ਤੇ ਤੇਰਾ ਸੀ ਉੱਥੇ ਤੂੰ ਜੇ ਤੂੰ ਉੱਥੇ ਹੁੰਦਾ ਨਾ ਤਾਂ ਕੈਪਟਨ ਬਣ ਜਾਣੀ ਸੀ ਉੱਥੇ ਦਾ ਨਾਲੇ ਤਾਂ ਗੋਸ਼ਤ ਖਾਇਆ ਕਰਨਾ ਸੀ ਤੈਨੂੰ ਪਤਾ ਓਏ ਉੱਥੇ ਮਾਸ ਹੀ ਮਾਸ ਉੱਥੇ ਪਤਾ ਕੀ ਚੱਕਰ ਪਿਆ ਕਹਿੰਦੇ ਪਹਿਲਾਂ ਬਾਹਰ ਹੁੰਦੇ ਸੀ ਉੱਤੇ ਹੱਡਾ ਉੱਡਾ ਰੋੜੀਆਂ 'ਚ ਅਤੇ ਉਹ ਬਾਅਦ ਵੀ ਉਹਨਾਂ ਨੇ ਡਸਟਬੀਨ ਲਾ ਤੇ ਕਰੋਨਾ ਦੇ ਵਿੱਚ ਉੱਥੇ ਅਤੇ ਉਹ ਵਿੱਚ ਮੀਟ ਮੂਟ ਸਿੱਟਣ ਲੱਗ ਤੁਹਾਨੂੰ ਪਤਾ ਉਹ ਜ਼ਿਆਦਾ ਸੀ ਨਾ ਉੱਧਰ ਮੁਸਲਿਮ ਆ ਅਤੇ ਉਹ ਜ਼ਿਆਦਾ ਨੋਨ ਵੈਜ ਹੀ ਖਾਂਦੇ ਆ ਸੋ ਸਿੱਟਣ ਲੱਗ ਜਿੰਨੇ ਵੀ ਸਾਰੇ ਕੁੱਤੇ ਸੀ ਅੱਡਾ ਰੋੜੀ ਸਾਰੇ ਉੱਥੇ ਕਸ਼ਮੀਰ ਦੇ ਵਿੱਚ ਆ ਗਏ ਸ਼੍ਰੀਨਗਰ ਇੰਨਾ ਕੁ ਜ਼ਿਆਦਾ ਕੁੱਤਾ ਸੀ ਨਾ ਇੱਕ ਇੱਕ ਮੋੜ ਦੇ ਸੀ ਡਸਟਬੀਨ ਸੀ ਉੱਥੇ ਸੱਠ ਸੱਠ ਸੱਤਰ ਸੱਤਰ ਕੁੱਤੇ ਸੀ ਇਕੱਠੇ ਲੜਦੇ ਇੱਦਾਂ ਸੀ ਮੈਂ ਕਿਹਾ ਜੇ ਕਪਤਾਨ ਉੱਥੇ ਚੱਲ ਜਾਂਦਾ ਕਪਤਾਨ ਨੇ ਸਾਰਿਆਂ ਦਾ ਬਹੁਤ ਸੋਹਣਾ ਸੀ ਉੱਥੇ ਕਪਤਾਨ ਤੈਨੂੰ ਰੋਜ਼ ਨੋਨ ਵੈਜ ਮਿਲਿਆ ਕਰੇ ਡਸਟਬੀਨਾਂ ਚੋਂ ਹੁਣ ਘਰੇ ਖਾਣਾ ਦੇਖ ਲਾ ਉੱਥੇ ਤੈਨੂੰ ਰੋਜ਼ ਮਟਨ ਮਿਲਿਆ ਕਰਨਾ ਕਿੰਨਾ ਕੁਛ ਮਿਲਿਆ ਕਰਨਾ ਚਿਕਨ ਪਾ ਇਹਨੂੰ ਫਿਰ ਰੋਟੀ ਨਾ ਚੱਲ ਚਿਕਨ ਖਾਣਾ ਬਸ ਕਰ ਰਹਿਣ ਦੇ ਹੁਣ ਥੱਕ ਗਿਆ ਉਹ ਜੰਪ ਕਿੰਨੇ ਬਜਾਰ ਤੇ ਵਿਚਾਰੇ ਦੇ ਉੱਤੇ ਉਹ ਥੱਕ ਗਿਆ ਹੁਣ ਇਹਨੇ 150 ਤਾਂ ਜੰਪ ਲਵਾਤਾ ਤੂੰ ਮੇਰਾ ਬਿਨਾਂ ਗੱਲੋਂ ਪਾਇਆ ਕੋਈ ਰੋਟੀ ਨਹੀਂ ਖਾਧੀ ਉਹ ਦੁਪਹਿਰ ਦੀ ਅੱਜ ਰੋਟੀ ਪਾ ਪਹਿਲਾਂ ਚੱਲ ਤੇ ਇਹ ਵੀ ਜਿੱਦਾਂ ਪਤਾ ਲੱਗ ਜਾਂਦਾ ਪੈ ਸੀ ਅੱਜ ਆਉਣਾ ਆ ਫਿਰ ਤਾਂ ਹੀ ਰੋਟੀ ਖਾਧੀ ਅੱਗੇ ਤਾਂ ਇਹ ਖਾਂਦਾ ਨਹੀਂ ਹੁੰਦਾ ਸੀ ਹੁਣ ਤਾਂ ਇਹ ਸ਼ੁਕਰ ਸੀ ਵੀ ਖਾਈ ਪੀ ਗਿਆ ਰੋਟੀ ਰੋਟੀ ਅਤੇ ਅੱਜ ਇਹਨੇ ਬੰਦ ਕੀਤੀ ਖਾਣੀ ਦੁਪਹਿਰੇ ਚਲੋ ਰੋਟੀ ਖਾਓ ਅਤੇ ਰੈਸਟ ਕਰੋ ਅੱਜ ਸਵੇਰੇ ਖੇਡਾਂਗੇ ਦੁਬਾਰਾ ਠੀਕ ਹੈ ਹੁਣ ਇਹਨੂੰ ਮੈਂ ਘੁਮਾ ਕੇ ਲੈ ਕੇ ਆਇਆ ਬਾਕੀ ਇੱਕ ਫਾਇਦਾ ਐਤਕੀ ਇੱਦਾਂ ਹੋ ਗਿਆ ਫਿਰ ਮੁੰਡੇ ਨੂੰ ਮੈਂ ਇੱਕ ਨੂੰ ਕਹਿ ਕੇ ਗਿਆ ਸੀਗਾ ਉਹ ਕੰਮ ਤੋਂ ਆ ਕੇ ਇਹਨੂੰ ਘੁਮਾ ਦਿੰਦਾ ਹੁੰਦਾ ਸੀਗਾ ਇਹਦਾ ਮੰਜਾ ਕਿੱਥੇ ਆ ਅਤੇ ਇਹਦਾ ਮਤਲਬ ਨਾ ਉਹ ਕੰਮ 'ਤੇ ਜਾਂਦਾ ਸੀ ਕੰਮ ਤੋਂ ਆ ਕੇ ਇਹਨੂੰ ਘੁਮਾ ਦਿੰਦਾ ਸੀ ਸਵੇਰ ਨੂੰ ਜਾਣ ਤੋਂ ਪਹਿਲਾਂ ਘੁਮਾ ਦਿੰਦਾ ਸੀ ਇੱਦਾਂ ਬਾਅਦ ਵੇਲੇ ਨਹੀਂ ਵੀ ਘੁਮਾ ਹੁੰਦਾ ਸੀ ਮਤਲਬ ਉੱਦਾਂ ਸੌਖਾ ਰਿਹਾ ਫਿਰ ਵੀ ਕਿਉਂਕਿ ਡੈਡੀ ਤੋਂ ਤਾਂ ਘੁਮਾ ਨਹੀਂ ਹੁੰਦਾ ਅਤੇ ਖਿੱਚਦਾ ਬਹੁਤ ਆ ਇਹ ਮੰਮੀ ਕਪਤਾਨ ਦੀ ਰੋਟੀ ਦਿਓ ਕਪਤਾਨ ਦੀ ਰੋਟੀ ਅੱਜੇ ਨਹੀਂ ਖਾਧੀ ਹੈ ਬਾਕੀ ਕੀ ਖਾ ਲੈਂਦਾ ਚਲੋ ਫਿਰ ਵੀ ਠੀਕ ਆ ਹੁਣ ਦੋ ਦੁਬਾਰਾ ਪਾ ਲੈਣ ਲੱਗੇ ਚਲੋ ਪੰਗਾ ਹੀ ਪੈ ਗਿਆ ਫਿਰ ਤਾਂ ਲਾਲ ਹੋ ਗਿਆ ਚਲ ਕੋਈ ਨਹੀਂ ਉੱਠ ਕਹਿੰਦੇ ਬੇਬੇ ਨੂੰ ਦੁੱਧ ਕਾਢ ਦੇ ਉਹ ਵਾਲਾ ਹਿਸਾਬ ਹੋ ਗਿਆ ਅੱਜ ਮਤਲਬ ਪਹਿਲਾਂ ਪਾ ਤਾਂ ਲੈ ਉੱਥੋਂ ਫਿਰ ਕਿੱਦਾਂ ਨੂੰ ਖਿਲਾਉਂਗੀ ਚਲੋ ਆਹ ਲੈ ਫੜੋ ਦੀ ਰੋਟੀਆਂ ਕਿੰਨੀਆਂ ਰੋਟੀਆਂ ਦੀਆਂ ਛੇ ਹਾਂ ਬਹੁਤ ਯਾਰ
ਉਦੋਂ ਸੱਤ ਸੱਤ ਖਾ ਲੈਣਾ, ਹੁਣ ਛੇ ਹੀ ਪਾਉਣੀ ਹੋਵੇ ਚਿਕਨ ਹੈਗਾ ਨਾ। ਹਾਂ ਤੇ ਨੌਨ ਵੈਜ ਲਿਆਂਦਾ ਚੱਲੇ ਕਪਤਾਨ ਸਪੈਸ਼ਲ, ਹੁਣ ਖੁਸ਼ ਹੈ, ਅੱਖਾਂ ਇਹਦੀਆਂ ਲਾਲ ਹੋਈਆਂ ਹੋਣੀਆਂ ਵੈਜ ਲਿਆ, ਬਿਲਕੁਲ ਲਾਲ ਆ। ਚਲੋ ਅੰਦਰ ਲੈ ਲੈਣ, ਕੋਲਜ ਪਾ ਕੇ ਲੈ ਕੇ ਆ ਯਾਰ, ਕੀ ਕਰਦੀ ਤੂੰ ਕਿ ਨਹੀਂ ਕਪਤਾਨ, ਕਪਤਾਨ ਦੱਸ ਇਹਨੂੰ ਕਿੱਦਾਂ ਰੋਟੀ ਪਾਈ ਦੀ। ਹੋਰ ਚਲੋ ਅਤੇ ਬਾਕੀ ਕਰਦੇ ਬਲੋਕ ਆਂਟੀ ਨੂੰ, ਪਹਿਲਾਂ ਮੈਂ ਤਾਂ ਬਿਸਤਰਾ ਬੁਸਤਰਾ ਇੱਥੇ ਲਾ ਦੇਵਾਂ, ਮੰਜਾ ਮੁੰਜਾ। ਇੱਧਰ ਤਾਂ ਗਰਮੀ ਹੋਈ, ਉੱਥੇ ਤਾਂ ਕਸ਼ਮੀਰ 'ਚ ਤਾਂ ਬਹੁਤ ਠੰਡ ਸੀਗੀ, ਤੁਹਾਨੂੰ ਪਤਾ ਹੀ ਆ। ਹੁਣ ਜਦੋਂ ਇੱਧਰ ਆਇਆ, ਇੱਧਰ ਆ ਕੇ ਪਤਾ ਲੱਗਾ ਬੜੀ ਗਰਮੀ ਆ। ਹਾਂਜੀ ਕੀ ਹਾਲ ਚਾਲ ਆ ਪ੍ਰਧਾਨ? ਪ੍ਰਧਾਨ ਹੋਣੀ ਤਾਂ ਬਿਮਾਰ ਹੋਏ ਆ, ਕਹਿੰਦੇ ਕਸ਼ਮੀਰ ਤੋਂ ਆ ਗਏ, ਕੋਲਡ ਬਹੁਤ ਹੋ ਗਿਆ ਕੁੜੀ ਨੂੰ। ਮਤਲਬ ਠੰਡੇ ਦੇਸ਼ 'ਚ, ਠੰਡੇ ਦੇਸ਼ 'ਚ ਆ ਗਈ ਨਾ ਤੂੰ ਜ਼ਿਆਦਾ, ਠੰਡ ਲੱਗ ਗਈ ਤੈਨੂੰ? ਉੱਥੇ ਤਾਂ ਬਰਫ਼ ਜ਼ਿਆਦਾ ਟੱਪਦੀ ਸੀ ਵੀ ਜਿੱਦਾਂ, ਮਤਲਬ ਗੱਲੇ ਹੀ ਛੱਡ ਦਿਓ। ਅੱਛਾ ਉਹ ਮਤਲਬ ਉੱਧਰ ਨਾਲੋਂ ਜ਼ਿਆਦਾ ਨਾ ਇੱਧਰ? ਹਾਂ ਉਹੀ ਚੱਕਰ ਨਾ, ਉੱਧਰ ਫਿਰ ਤਾਂ ਗਰਮੀ ਬਹੁਤ ਸੀਗੀ, ਜਿੱਦਾਂ 36 ਡਿਗਰੀ ਟੈਂਪਰੇਚਰ ਸੀ ਇੱਧਰ, ਜੀਰੋ ਇੱਕ ਦੋ ਹੱਦ। ਨਹੀਂ ਨਹੀਂ ਉਹ ਕਿੱਥੇ ਕਰਦੀ, ਉਹ ਤੂੰ ਤਾਂ ਉੱਦੇ ਹੋ ਗਈ, ਠੰਡ ਵੀ ਨਹੀਂ ਲੱਗਦੀ ਸੀਗੀ, ਲੱਗਦੀ ਉਹ ਤੈਨੂੰ ਪਤਾ ਹੀ, ਤੂੰ ਗਰਮ ਸਰਦ ਹੋ ਗਈ। ਨਹੀਂ ਜਿਹੜੀ ਤੂੰ ਚਾਕਲੇਟ ਲਿਆ ਕੇ ਦਿੱਤੀ ਆ, ਇਹ ਕਾਲੇ ਲਿਆ ਕੇ ਦਿੱਤੀ ਇੰਨੀ ਕੋੜੀ, ਉਹ ਮੈਂ ਤੈਨੂੰ ਸੱਚੀ ਦੱਸਾਂ, ਉਹਦਾ ਮੈਂ ਇਹ ਨਹੀਂ ਪੜਿਆ ਸੀ ਵੀ ਡਾਰਕ ਚਾਕਲੇਟ ਆ। ਹਾਂ ਛੱਡਿਆ ਕੀ ਤਾਂ ਫਿਰ, ਨਹੀਂ ਮੈਂ ਆਹ ਦੇਖਿਆ ਸਰ, ਮੈਂ ਤਾਂ ਲਿਖਿਆ ਆ ਆਈ ਲਵ ਯੂ, ਮੈਂ ਤਾਂ ਹੀ ਲਿਆ ਆ, ਉੱਪਰੋਂ ਫਰੂਟ ਐਂਡ ਨਟ ਦੇਖਿਆ, ਮੈਂ ਡਾਰਕ ਚਾਕਲੇਟ ਦੇਖਿਆ ਹੀ ਨਹੀਂ, ਸੋਰੀ। ਚੱਲ ਤੈਨੂੰ ਹੋਰ ਲਿਆ ਦੂੰਗਾ, ਇਹ ਮੈਨੂੰ ਦੇ ਦੇ, ਮੈਂ ਖਾ ਲੂੰਗਾ। ਕਿਉਂ ਨਹੀਂ ਲਿਆਉਂਦੀ, ਤੁਹਾਡੇ ਅਗਲੇ ਵਲੌਗ 'ਚ ਤੁਹਾਨੂੰ ਸਰਪ੍ਰਾਈਜ਼ ਵੀ ਮਿਲਣਾ। ਕੈਰਨ ਹੋਣੀ ਤਾਂ ਬਹੁਤ ਸ਼ੌਕ ਹੋਇਆ ਜਦੋਂ ਮੈਂ ਆਇਆ, ਹੁਣ ਕੈਰਨ ਮੰਮੀ ਡੈਡੀ ਸਾਰੇ ਸ਼ੌਕ ਹੋ ਗਏ। ਪਹਿਲਾਂ ਦੋ ਦਿਨ ਗੈਪ ਪਾ ਲਿਆ, ਕਹਿੰਦੇ ਸੀ ਵੀ ਵਲੌਗ ਕਿਉਂ ਨਹੀਂ ਪਾਇਆ, ਵਲੌਗ ਕਿਉਂ ਨਹੀਂ ਪਾਇਆ, ਕਿਉਂਕਿ ਅਸੀਂ ਆ ਕੇ ਤੁਹਾਡੇ ਬਿਜ਼ੀ ਹੋ ਗਏ, ਤੇ ਬਸ। ਤੇ ਕਿੱਦਾਂ ਰਿਹਾ ਟ੍ਰਿਪ ਤੁਹਾਡਾ? ਟ੍ਰਿਪ ਸਾਡਾ ਬਹੁਤ ਵਧੀਆ ਸੀਗਾ, ਬਹੁਤ ਖੱਪ ਪਾਈ, ਬਹੁਤ ਇੰਜੋਏ ਕੀਤਾ। ਚਲੋ ਮੰਮੀ ਰੋਟੀ ਨੂੰ ਕਹਿੰਦੇ ਆ, ਜਿੱਦਾਂ ਅੱਗੇ ਜਾਂਦੇ ਆਪਾਂ ਉਦੀ ਸਨੋਹ ਪਈ ਹੋਣੀ, ਕਿਉਂਕਿ ਉਦੋਂ ਵੀ ਅਸੀਂ ਇਹਨਾਂ ਦਿਨਾਂ ਚ ਗਏ ਸੀਗੇ, ਪਰ ਇਸ ਵਾਰੀ ਰੱਬ ਨੇ ਸਹੀ ਗੱਲ ਆ। ਸਾਡਾ ਪਲਾਨ ਦੇਖਿਆ ਇੱਕ ਦਿਨ 'ਚ ਬਣਿਆ ਵੀ ਉੱਧਰ ਜਾਣਾ, ਪਹਿਲਾਂ ਅਸੀਂ ਕਿਤੇ ਹੋਰ ਪਾਸੇ ਚੱਲੇ ਸੀ, ਸਾਡਾ ਪਲਾਨ ਬਣਿਆ ਸੀ ਕਸ਼ਮੀਰ ਨਿਕਲ ਗਏ ਦਾ ਪਤਾ ਹੁੰਦਾ, ਪਹਿਲਾਂ ਅਸੀਂ ਅਗਲੇ ਦਿਨ ਚੱਲੇ ਸੀ, ਪਰ ਅਗਲੇ ਦਿਨ ਇੱਦਾਂ ਸੀਗਾ ਵੀ ਕੋਈ ਕੰਮ ਸੀਗਾ ਉੱਧਰ ਬੱਬੂ ਹੋਣਾ ਨੂੰ, ਤੇ ਉਹਨਾਂ ਨੇ ਤਾਂ ਲੇਟ ਹੋ ਗਿਆ, ਫਿਰ ਅਸੀਂ ਚਲੋ ਕਿ ਇੱਕ ਦਿਨ ਹੋਰ ਦੇ ਦਿੰਦੇ ਤੁਹਾਨੂੰ ਤਿਆਰੀ ਕਰਨੀ, ਫਿਰ ਉਸ ਤੋਂ ਅਗਲੇ ਦਿਨ ਆਪਾਂ ਨਿਕਲ। ਪਰ ਇੱਦਾਂ ਆ ਟ੍ਰਿਪ ਬਹੁਤ ਘੈਂਟ ਰਿਹਾ ਸਾਡਾ, ਬਹੁਤ ਵਧੀਆ ਇੰਜੋਏ ਹੋਇਆ, ਅਸੀਂ ਐਸਗੀ ਪਤਨੀ ਟੋਪ ਵੀ ਜਾਏ ਆ, ਉਹ ਵੀ ਕਿਰਨ ਦੀ ਫਰਮਾਇਸ਼ ਸੀਗੀ ਕਾਫੀ ਟਾਈਮ ਦੀ, ਮੈਨੂੰ ਪਤਨੀ ਟੋਪ ਨਹੀਂ ਤੁਸੀਂ ਘੁਮਾ ਕੇ ਲੈ ਗਏ, ਕਸ਼ਮੀਰ ਲੈ ਗਏ। ਮਰਜ਼ੀ ਆ, ਉਹ ਮੈਂ ਵੀਡੀਓ ਪਾਈ, ਗ੍ਰਿੰਦਾ ਦੀਦੀ ਕਹਿੰਦੇ ਸੀ, ਕਹਿੰਦੇ ਕਿੰਨੀ ਸੋਹਣੀ ਜਗ੍ਹਾ ਸੀ ਜਿੱਥੇ ਦਰਖਤ ਹੀ ਦਰਖਤ ਸੀ, ਜਿੱਥੇ ਤੁਸੀਂ ਲਵੈਂਡਰ ਕਲਰ ਦਾ ਟੋਪ ਪਾਇਆ, ਮੈਂ ਕਿਹਾ ਤੁਹਾਨੂੰ ਲਵੈਂਡਰ ਕਲਰ ਦੇ ਟੋਪ ਕਰਕੇ, ਤੂੰ ਕਹਿ ਜਾ ਆਇਓ ਤੁਸੀਂ ਮਾਰਿਆ ਕਿਹੜਾ, ਬਹੁਤ ਸੋਹਣੀ ਜਗ੍ਹਾ ਹੈ, ਨਹੀਂ ਗਈ ਹੈਗੀ ਸਨੋਚ। ਚੱਲ ਤੂੰ ਕੋਈ ਤੁਹਾਨੂੰ ਦਿਖਾ ਦਿਆਂਗੇ। ਚਲੋ ਠੀਕ ਹੈ, ਅਤੇ ਬਾਕੀ ਆਹ ਵਾਲਾ ਵਲੌਗ ਇੱਥੇ ਐਂਡ ਕਰਦੇ, ਤੁਹਾਨੂੰ ਦੱਸਣਾ ਸੀਗਾ ਸਾਡਾ ਟ੍ਰਿਪ ਬਹੁਤ ਸੋਹਣਾ ਰਿਹਾ ਅਤੇ ਘਰ ਆ ਗਏ ਹਾਂ, ਅਤੇ ਹੁਣ ਤੁਹਾਨੂੰ ਫੈਮਿਲੀ ਵਲੌਗ ਦੇਖਣ ਨੂੰ ਮਿਲੂਗੇ। ਫਿਰ ਮੰਮੀ ਨੇ ਸ਼ਾਲ ਲਿਆਂਦਾ ਸੀਗਾ ਅਤੇ ਆਪਣੇ ਲਈ, ਬਸ ਮੰਮੀ ਦੇ ਸ਼ਾਲ ਤਾਂ ਦਿਖਾ ਦਾਂਗੇ, ਸਕਿਨ ਕੇਅਰ ਦੀਆਂ ਚੀਜ਼ਾਂ ਮੰਮੀ ਹੁਣ ਕਹਿੰਦੇ ਮੈਂ ਇੱਦੀ ਰੱਖ ਲੈਣਾ ਆ। ਹਾਂ ਤੇ ਬਾਕੀ ਬਸ ਫਿਰ ਬਾਕੀ ਸਰਪ੍ਰਾਈਜ਼ ਦੋ ਚਾਰ ਚੀਜ਼ਾਂ ਲਿਆਂਦੀਆਂ ਸੀਗੀਆਂ ਤੇ ਸਕਿਨ ਕੇਅਰ ਸੀ, ਉੱਥੇ ਕਹਿੰਦੇ ਨੈਚੁਰਲ ਪ੍ਰੋਡਕਟ। ਹਾਂ ਤੇ ਬਾਕੀ ਕਸ਼ੂ ਲੈ ਲਿਆਂਦਾ ਸੀ ਦੂਸਰਾ, ਹਜੇ ਮੈਂ ਆਪਣੇ ਵੱਲੋਂ ਫੋਨ ਘੁਮਾ ਨਹੀਂ ਸਕਦਾ, ਉਹ ਤੁਸੀਂ ਨੈਕਸਟ ਵਲੌਗ ਤੁਹਾਨੂੰ ਪਤਾ ਲੱਗੂ, ਮੈਂ ਕਾਹਤੇ ਨਹੀਂ ਘੁਮਾਇਆ ਆਪਣੇ ਵੱਲੋਂ, ਠੀਕ ਆ। ਚੱਲ ਚੰਗਾ ਬਾਏ, ਫਰੈਂਕ ਹੋ ਗਿਆ ਪਵਨ ਨੇ ਨਾਲ ਬਹੁਤ, ਸਹੀ ਗੱਲ ਆ। ਚਲੋ ਠੀਕ ਆ, ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸਬਸਕ੍ਰਾਈਬ ਕਰ ਲਓ, ਵੀਡੀਓ ਲਾਈਕ ਕਰ ਦਿਓ, ਸੋਹਣਾ ਇੱਕ ਮਿੰਟ, ਬਾਏ ਬਾਏ।